पांच महीने की गबन ते थाना दी अपनी गारंटी हो सारी बस बस फट फटा ਸ਼ਿਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਦੋ ਆਉਣਗੇ ਜਿਹੜੀਆਂ ਹੁਣ ਆਪਾਂ ਉਹਦੇ ਕਰਵਾਵਾਂਗੇ ਤੁਹਾਨੂੰ ਨਾਲ ਦਰਸ਼ਨ ਵੀ ਕੀ ਗੱਲਬਾਤ ਆ ਦੇਖਿਓ ਹੁਣ ਨਾ ਬੜੀਆਂ ਟੌਪ ਦੀਆਂ ਮੰਝਾਂ ਲੈਤੀਆਂ ਨੇ ਦੋ ਤੇ ਗੱਡੀ ਆਉਣ ਵਾਲੀ ਆ ਜਦੋਂ ਆ ਗਈ ਤੁਹਾਨੂੰ ਕਰਵਾਵਾਂਗੇ ਦਰਸ਼ਨ ਤੇ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਮੀਣੀ ਝੋਟੀ ਅਤੇ ਇੱਕ ਦੂਜਾ ਸੂਆ ਝੋਟੀ ਸੂਗੀ ਉਹਦੇ ਤਾਂ ਲਿਖ ਹੀ ਨਹੀਂ ਕੋਈ ਤੁਸੀਂ ਆਪ ਮੰਨੋਗੇ ਵੀ ਬਾਕੀ ਟੌਪ ਆ ਵੀ ਬਾਕੀ ਹੈਗੀ ਆ ਗੱਲਬਾਤ लास्ट तक जरूर देखे आ जाने गड्डी कराने दर्शन लवी गड्डी पहुंच गई अपनी मेसाली हम ला के सू फिर करवावे गलबात भी की गलबात उरी मोड़ ला उरी मोड़ ला एवं ला ला एवं ला ला कदे और जी ओ हो बन ला अंदर जान दे सिद्धी जान दे बस बस फट फटा ला देगा लिया 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 पूरा नहीं होंगी बस इधर पर जाऊगी मूरी बस अई रस्सा ही मांगर हटा लिया तो आजूगी हाँ हाँ बस अई फड़ लिया 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 रस्सा मांगर फड़ लगे ना फिर तापी आई जाऊगी जान दे नहीं नहीं घूमती नहीं चल गई गई हूं तो घूम भी जाऊगी तभी नहीं कुछ हूं लिया लिया के सिंह फसदा लै जा अंदर बने भाई एक कम इना क कर दे अंदर बांधे बांधे ऐसी बांधे 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 खोली ना बन ता वे संगल पाके जान दे हुण कई ना ले जान दे जान दे चल अंदर अंदर बने अंदर बांधे बांधे अंदर लवी सज्जनो अज की वीडियो च आपां तुहानूं पंज जानवर दिखावांगे दो तोकड़ गबणा ते तीन झोटियां सून वालियां ने चंगे रिकॉर्ड दियां एक मीणी ते एक कुंडी झोटी कहिंदे वाह कमाली है सिरा लग्गिया पिया लै कल्ली कल्ली दे करवावांगे दर्शन लै हुण लास्ट तक जरूर देखियो भी की गलबात आ लाइक शेयर कमेंट करके जरूर दस्यो लै आ जा करदे आं शुरू पहले नंबर वाली मीणी तो ला जा मीणी हुण आपां तोर के दिखा दिंदे आं तुहानू भी की गलबात है इहदी दूजे सूए का रिकॉर्ड 14 किलो का हूं कह जो दूजा सूआ कहाला तीजा सूआ सू तीजा सूआ सूगी थन थनोट चंगा हूं तेन दूजे नंबर वाली दिखा दी आप ये झोटी का सारे पासे ओके आजे 10 दिन कढ़ दी लेवाए का हूने वाहवा चंगा ले वाए दा हुणे वाला चंगा इहदी तुरदी दी वीडियो आपां क्लिप तुहानूं चला दांगे विच भी की गल बात है
ਤੇ ਆਹਾ ਮਹਿੰਦਾ ਹੋ ਗਿਆ ਸੌਦਾ, ਇਹ ਮਹਿੰਦਾ ਸੌਦਾ ਹੋ ਗਿਆ ਤੇ ਆਹਾ ਝੋਟੇ ਦੇਖੋ ਹੁਣ ਹੀ ਆਈ ਆ ਜੇ ਆਉਣ ਸਾਰੀ ਜਿਹੜੇ ਪਸ਼ੂ ਨਾ ਕੱਖ ਲੱਗ ਜਾਂਦਾ ਖਾਣ ਤੇ ਉਹ ਜੀ ਲਾ ਲੈਂਦਾ ਦੇਖੋ ਸਿੰਗਾਂ ਸੁੰਗਾਂ ਦੀ ਕੁਆਲਿਟੀ ਔਖੇ ਆ ਦੇਖੋ ਚੰਗੀ ਆ ਬਈ ਸਾਰੇ ਪਾਸਿਓ ਇਹ ਨਗੀਨਿਆਂ 'ਚ ਆ ਗਈ ਜਿਹਨੂੰ ਕਹਿੰਦੇ ਨੇ ਟੋਪ ਦਾ ਨਗੀਨਾ ਲੈ ਮੀਣੀ ਦਾ ਰੇਟ ਆਪਾਂ ਕਰਨਾ ਭੁੱਲ ਗਏ ਮੀਣੀ ਆਪਾਂ ਦੇ ਦਾਂਗੇ ਤੁਹਾਨੂੰ 85,000 ਦੀ ਗਾੜੀ ਪਛਾੜੀ ਦੇ ਥਣ ਦੇਖ ਲਓ ਸਾਰੇ ਪਾਸਿਓ ਲੇਵਾ ਲੂਆ ਚੰਗਾ ਕਰੂ ਦੇਖੋ ਅੱਗੇ ਪਿੱਛੋਂ ਲੇਵਾ ਅੱਗੇ ਪਿੱਛੋਂ ਚੰਗਾ ਕਰੂ ਤੀਜੇ ਸੂਏ ਨੇ ਸੋਹਣਾ ਅਤੇ ਆਹ ਝੋਟੀ ਦਾ ਰੇਟ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਇਹ ਆਪਾਂ ਤੁਹਾਨੂੰ ਸੋਤੋਂ ਪੁੱਛਾਂਗੇ ਵੀ ਕਿੰਨੇ ਕੁ ਦੀ ਹੋਣੀ ਚਾਹੀਦੀ ਆ ਦੇਖੋ ਇਹ ਹਜੇ ਕੱਚੀ ਜ਼ਰੂਰ ਆ 10 ਦਿਨਾਂ ਦੀ ਪਰ ਲੇਵਾ ਹੋਣੇ ਵਾਹਵਾ ਆਹਾ ਝੋਟੀ ਜਾਊਗੀ ਹਿਮਾਚਲ ਮੈਂ ਹੈ ਝੋਟੀ ਦਾ ਕਾਹਨੂੰ ਕਹਾਂਗੇ ਹੈ ਨਾ ਅਤੇ ਆਹਾ ਨਾ ਸੱਜਣੋ ਚੈੱਕ ਕਰਾ ਤੀ ਅੱਜ ਅਤੇ 3 ਮਹੀਨਿਆਂ ਦੀ ਗੱਭਣ 4-5 ਕਿੱਲੋ ਦੁੱਧ ਅਤੇ ਇਹ ਦੇ ਦਾਂਗੇ ਆਪਾਂ 45,000 ਦੀ ਭਲੂਣ ਸੂਈ ਹੋਈ ਆ ਅਤੇ ਅੱਗੇ ਨੇ ਦੂਜੇ ਸੂਏ ਸੋਨਾ ਦੇਖੋ ਕੱਦ ਕਾਠ ਚੰਗਾ ਝੋਟੀ ਦਾ ਜੇ ਕਿਸੇ ਸੱਜਣ ਨੂੰ ਜੱਤ ਵਾਲੀ ਝੋਟੀ ਆ ਵਧੀਆ ਅਤੇ ਕੁੱਲ 45,000 ਦੀ ਦੇ ਦਾਂਗੇ ਥਣਾਂ ਦੀ ਆਪਣੀ ਗਰੰਟੀ ਹੋਊਗੀ ਸਾਰੀ ਥਣਾਂ ਦੀ ਆਪਣੀ ਗਰੰਟੀ ਹੋਊਗੀ ਕੱਦ ਵਾਹਵਾ ਇਹਦਾ ਇਹੋ ਜਿਹੀ ਗੱਲ ਨਹੀਂ ਕੱਦ ਤਾਂ ਬਹੁਤ ਜ਼ਿਆਦਾ ਹੁਣ ਤਾਂ ਪਸ਼ੂ ਖੁਰ ਜਾਂਦਾ ਅਤੇ ਆਪਣੇ ਲਈ ਸੂਈ ਤੀਗੀ ਇਹ ਆਪਾਂ ਇਹਨੇ ਘਰ ਰੱਖੀ ਹੋਈ ਤੀ ਘਰ ਦੀ ਹੈ ਆਪਣੇ ਤਾਂ ਅਤੇ ਆ ਮੈਂ ਵੀ ਆਪਣੇ ਘਰ ਦੀ ਆ ਅਤੇ ਇਹ ਦੂਜੇ ਸੂਏ ਦਾ ਦੁੱਧ ਇਹਦਾ 14 ਕਿੱਲੋ ਰਿਹਾ ਇਹ ਅੱਗੇ ਤੀਜੇ ਸੂਏ ਸੋਨਾ ਇਹਨੇ ਦੇਖ ਲਓ ਥੱਲੇ ਝੋਲੀ ਅਤੇ ਹੁਣ ਵੀ ਦੁੱਧ ਇਹ 4 ਕਿੱਲੋ ਦਿੰਦੀ ਆ ਨਾਲੇ ਲੇਟ ਗੱਭਣ ਹੋਈ ਤੀ 5 ਮਹੀਨਿਆਂ ਦੀ ਹੁਣ ਇਹ ਗੱਭਣ ਆ ਟੱਪ ਗਈ 5 ਤੋਂ ਅਤੇ ਬਾਡੀ ਦੇਖ ਲਓ ਤੁਸੀਂ ਬਾਡੀ ਦੇਖ ਲਓ ਕੀ ਗੱਲ ਬਾਤ ਆ ਵਾਹ 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 ਚੰਗੇ ਕੱਦ ਕੱਟਦੀ ਆ ਅਤੇ ਇਹ ਆਪਾਂ ਦੇ ਦਾਂਗੇ ਕੁੱਲ 55,000 ਦੀ 5 ਮਹੀਨਿਆਂ ਦੀ ਗੱਭਣ ਅਤੇ ਥਣਾਂ ਦੀ ਆਪਣੀ ਗਰੰਟੀ ਹੋਊ ਸਾਰੀ ਥਣਾਂ ਦੀ ਆਪਣੀ ਗਰੰਟੀ ਹੋਊਗੀ ਲੱਜ 5 ਜਾਨਵਰ ਨੇ 1 ਝੋਟੀ ਦਾ ਸੌਦਾ ਹੋ ਗਿਆ 2 ਝੋਟੀਆਂ 'ਚੋਂ ਬਾਕੀ ਜਿਹੜੀ ਕਿਸੇ ਸੱਜਣ ਦੇ ਫਿੱਟ ਆਉਂਦੀ ਆ ਉਹ ਕਰ ਲਿਓ ਗੱਲਬਾਤ ਬਾਕੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅਤੇ ਬਾਕੀ ਆਹ ਮੀਣੀ ਵੀ ਚੰਗੀ ਆ ਬਾਈ ਇਹਦਾ ਰੇਟ ਵੀ ਠੀਕ ਆ ਆਹ ਝੋਟੀ ਦਾ ਰੇਟ ਆਪਾਂ ਸਭ ਤੋਂ ਕਮੈਂਟਾਂ ਰਾਹੀਂ ਪੁੱਛਾਂਗੇ ਵੀ ਕੀ ਗੱਲਬਾਤ ਆ ਵੀ ਕੀ ਗੱਲਬਾਤ ਆ ਆਪਣੇ ਘਰ ਦੇ ਉਹੀ ਗੱਲ ਆ ਕੁੱਲ 5 ਜਾਨਵਰ ਤਾਂ ਹੋਰ ਵੀ ਨੇ 1-2 ਕੱਚੇ ਪਿੱਲੇ ਜਿਹੇ ਨੇ ਉਹ ਤੁਹਾਨੂੰ ਆਪਾਂ ਵੀਡੀਓ 'ਚ ਅੱਜ ਦਿਖਾਈ ਨਹੀਂ ਹੈਗੇ ਅਤੇ ਥਣਾਂ ਦੀ ਤੁਹਾਨੂੰ ਗਰੰਟੀ ਮਿਲੂ ਸਾਰੀ ਕੁੱਲ 85,000 ਦੀ ਆਪਾਂ ਦੇ ਦਾਂਗੇ ਮੀਣੀ ਲੈ ਠੀਕ ਹੈ ਵੀ ਸੱਜਣੋ ਹੈ ਨਾ ਅੱਜ ਤੁਹਾਨੂੰ ਆਪਣੇ ਆਪਣੀ ਵਪਾਰ ਲੈਣ ਵਾਲੇ ਪਸ਼ੂ ਦਿਖਾਏ ਨੇ ਵਿੱਚ ਇੱਕ ਸੱਜਣ ਕਮੈਂਟ ਕਰਦਾ ਸੀਗਾ ਬਾਈ ਆਪਣਾ ਅਵਤਾਰ ਗਿੱਲ ਹੈ ਨਾ ਅਤੇ ਕਹਿੰਦਾ ਵੀਡੀਓ ਬਣਾਉਂਦੇ ਬਣਾਉਂਦੇ ਵਪਾਰ ਸ਼ੁਰੂ ਕਰ ਲਿਆ ਹੈ ਨਾ ਵਪਾਰ ਕਰਦੇ ਕਰਦੇ ਬਾਈ ਵੀਡੀਓ ਬਣਾਉਣ ਲੱਗੇ ਅਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਹਾਡਾ ਹੱਦੋਂ ਵੱਧ ਅਤੇ ਬਹੁਤ ਉਹੀ ਗੱਲ ਆ ਵਪਾਰ ਕਰਦੇ ਨੂੰ ਤਾਂ 9-10 ਸਾਲ ਹੋ ਗਏ ਨਵਾਂ ਕੰਮ ਨਹੀਂ ਹੈਗਾ ਵਪਾਰ ਦਾ ਬਸ ਤੁਹਾਡੇ ਨਾਲ ਕਦੇ ਸ਼ੇਅਰ ਹੀ ਨਹੀਂ ਕੀਤਾ ਅਤੇ ਅੱਜ ਸੋਚਿਆ ਮੈਂ ਚੱਲ ਆਪਾਂ ਬਾਈਆਂ ਨਾਲ 1-2 ਵਾਰੀ ਪਹਿਲਾਂ ਵੀ ਹੋਇਆ ਚੱਲ ਮੈਂ ਅੱਜ ਫਿਰ ਆਪਣੇ ਘਰ ਦੇ ਪਸ਼ੂਆਂ ਦੀ ਬਣਾ ਦਈਏ ਵੀਡੀਓ ਹੈ ਨਾ ਅਤੇ ਵਪਾਰ ਕਰਦੇ ਕਰਦੀ ਤਾਂ ਹੀ ਵੀਡੀਓ ਬਣਾਉਣ ਦਾ ਦੇਖੋ ਤਾਂ ਹੀ ਵਿੱਚ ਲੋਕ ਕਹਿ ਵੀ ਹੁੰਦੇ ਆ ਬਈ ਤੂੰ ਸਹੀ ਰੇਟ ਲਾ ਦੇਣਾ ਜਾਂ ਐਵੇਂ ਬਈ ਉਹੀ ਗੱਲ ਆ ਧੱਕੇ ਖਾ ਖਾ ਕੇ ਬੰਦੇ ਨੂੰ ਹੈ ਨਾ ਪਤਾ ਲੱਗ ਜਾਂਦਾ ਸਾਰਾ ਸਰਕਲ ਦਾ ਵੀ ਕੀ ਗੱਲਬਾਤ ਆ ਇਹ ਕਿੱਥੇ ਕੁ ਉਹੀ ਗੱਲ ਹੈ ਕਿੰਨੇ ਕੁ ਦੀ ਮੈਂ ਲੜਦੀ ਹੈ ਕੀ ਗੱਲਬਾਤ ਹੈ ਮੰਡੀਆਂ ਜਾਂਦਿਆਂ ਨੂੰ ਵੀ ਹੋ ਗਏ 6-7 ਸਾਲ ਪਹਿਲਾਂ ਘਰੋਂ ਸ਼ੁਰੂ ਕਰਿਆ ਸੀਗਾ ਅਸੀਂ ਹੈ ਜੇ ਕੋਈ ਨਵਾਂ ਸੱਜਣ ਵੀ ਸ਼ੁਰੂ ਕਰਦਾ ਪਹਿਲਾਂ 1-2 ਤੋਂ ਸ਼ੁਰੂ ਕਰਕੇ ਹੌਲੀ ਹੌਲੀ ਹੱਥ ਪੈ ਜਾਂਦਾ ਅੱਗੇ ਹੈ ਨਾ ਹੌਲੀ ਹੌਲੀ ਅੱਗੇ ਸਾਰੇ ਹੱਥ ਪੈ ਜਾਂਦਾ ਅਤੇ ਅੱਗੇ ਸਰਕਲ ਵੀ ਬਣ ਜਾਂਦਾ ਬਈ ਬੰਦੇ ਦਾ ਹੌਲੀ ਹੌਲੀ ਅਤੇ ਇਹੀ ਕਹਾਂਗੇ ਕੰਮ ਕੋਈ ਮਾੜਾ ਨਹੀਂ ਰੁਚੀ ਨਾਲ ਲਗਨ ਨਾਲ ਤਾਂ ਦੇਖੋ ਹੁਣ ਉਹੀ ਗੱਲ ਹੈ ਕੋਈ ਬੰਦਾ ਨਹੀਂ ਰੱਖਿਆ ਹੋਇਆ ਬਈ ਆਪਾਂ ਆਪ ਹੀ ਕੰਮ ਆਪਣਾ ਆਪੇ ਕਰਦੇ ਹਾਂ ਖੁਦ ਸਾਰਾ ਕੰਮ ਊਂ ਐਂ ਵੀ ਚੱਲ ਅੱਗੇ ਰੱਖ ਲਾਂਗੇ ਊਂ ਔਖੇ ਹੁੰਦੇ ਹਾਂ ਹੈ ਨਾ ਥੋੜ੍ਹੇ ਸਵੇਰੇ ਆਪਦਾ ਸਾਰਾ ਕੰਮ ਧੰਦਾ ਨਿਬੇੜ ਕੇ ਫਿਰ ਕਿਤੇ ਨਾਲੇ ਵੀਡੀਓ ਬਣਾ ਆਈ ਜਾਂਦੇ ਹਾਂ ਨਾਲੇ ਪਸ਼ੂ ਦੇਖ ਲੈਂਦੇ ਹਾਂ ਸਾਰਾ ਸਰਕਲ ਇੱਦਾਂ ਹੀ ਚੱਲਦਾ ਰਹਿੰਦਾ ਅਤੇ ਬਾਕੀ ਪਸ਼ੂ ਚੰਗੇ ਨੇ ਸਾਰੇ ਜਿਹੜੇ ਵੀ ਕਿਸੇ ਸੱਜਣ ਨੂੰ ਫਿੱਟ ਆਉਂਦੀ ਆ ਉਹ ਕਰ ਲਿਓ ਸੰਪਰਕ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ।